ਕਹਾਂਗੇ ਅਸੀਂ ਕਿ ਇੱਥੇ 75% ਲੋਕ ਉਹ ਨੇ ਜਿਹਨਾਂ ਦੇ ਵਿੱਚ 10 ਤੋਂ ਘੱਟ ਬੰਦੇ ਕੰਮ ਕਰਦੇ ਆ ਅਤੇ 20% ਉਹ ਬੰਦੇ ਨੇ ਜਿਹਨਾਂ 'ਚ 20 ਤੱਕ ਬੰਦੇ ਕੰਮ ਕਰਦੇ ਆ। ਸਾਡੀ ਇਹਨਾਂ ਦਾ ਮੰਗ ਸੀ ਕਿ ਇੱਥੇ ਬਹੁਤ ਛੋਟੀ ਇੰਡਸਟਰੀ ਆ, ਅਗਰ ਇਹਨਾਂ ਕੋਈ ਇਲੈਕਸ਼ਨ ਦਿੱਤੀ ਜਾਂਦੀ ਆ ਦਿੱਤੀ ਜਾਂਦੀ ਹੈ ਤਾਂ ਇੰਡਸਟਰੀ ਚੱਲੇਗੀ। 2 ਲੱਖ ਆਬਾਦੀ ਵਾਲਾ ਸ਼ਹਿਰ ਅਗਰ ਇਹਨਾਂ ਦੇ ਨਾਂ ਹੱਥ ਧਰਿਆ ਗੌਰਮੈਂਟ ਨੇ ਇਹ ਨਿੱਕੇ ਸ਼ਹਿਰ ਤੋਂ ਕਸਬਾ ਬਣ ਜਾਏਗਾ। ਅਤੇ ਸਾਡੀ ਉਹੀ ਉਮੀਦ ਆ ਕਿ ਜਿਹੜਾ ਅਚਾਨਕ ਸਾਡੇ ਕਰਫਿਊ ਲੱਗਿਆ ਉਹਦੇ ਨਾਲ ਜਿਹੜੀ ਇੰਡਸਟਰੀ ਆ ਸਾਨੂੰ ਬੜਾ ਧੱਕਾ ਲੱਗਾ। ਸਾਡੇ ਪੈਸੇ ਆਉਣ ਵਾਲੇ ਜਿਹੜਾ ਮਾਲ ਤਿਆਰ ਸੀ ਉਹ ਆ ਨਹੀਂ ਸਕਿਆ, ਨਾ ਹੀ ਸਾਡੇ ਕੋਲ ਪੈਸੇ ਆ ਸਕੇ, ਅਚਾਨਕ ਲੇਬਰ ਘਰ ਬਹਿਣਾ ਪੈ ਗਿਆ। ਅਤੇ ਸਾਡੀ ਗੌਰਮੈਂਟ ਨੂੰ ਅੱਗੇ ਇਹ ਅਪੀਲ ਸੀ ਇੱਕ ਤਾਂ ਸਾਡੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਐਕ ਤਾਂ ਜ਼ਰੂਰ ਲੈ ਜਾਣ, ਦੂਜਾ ਜਿਹੜਾ GT ਰੋਡ ਜਿਹੜਾ ਇੰਡਸਟਰੀਅਲ ਜ਼ੋਨ 'ਚ ਆਉਂਦਾ ਇਹਨੂੰ ਜਿਹੜੀ ਆ ਉਹ ਪਰਮਿਸ਼ਨ ਦਿੱਤੀ ਜਾਵੇ। ਅਤੇ ਤਰੀਕ ਤੱਕ ਸਾਡਾ ਇੰਡਸਟਰੀ ਦਾ ਆਲਰੇਡੀ ਫੈਸਲਾ ਸੀ ਵੀ ਆਪਾਂ ਇੰਡਸਟਰੀ ਨਹੀਂ ਚਲਾਉਣੀ, ਜੋ ਗੌਰਮੈਂਟ ਦੀਆਂ ਸ਼ਕਤੀਆਂ ਹੋਣ ਉਹ ਵੀ ਕੀਤੀ। ਅਸੀਂ ਉਹਨਾਂ ਨੂੰ ਮੰਗਾਂ ਆਪਣੀਆਂ ਕੈਪਟਨ ਤਰਪਿੰਦਰ ਸਿੰਘ ਬਾਜਵਾ ਸਾਹਿਬ ਦਿੱਤੀਆਂ ਨੇ, ਉਹਨਾਂ ਸਾਡੀ ਮੰਗਾਂ 'ਤੇ ਬੜਾ ਗੌਰ ਕੀਤਾ ਤਾਂ ਸਾਨੂੰ ਵਿਸ਼ਵਾਸ ਜੋ ਹੈ ਕਿ ਜਲਦੀ ਇਹਦਾ ਸਾਨੂੰ ਹੱਲ ਸੱਦਿਆ ਸੀ। ਚੰਗੀਆਂ ਬੰਦਿਆਂ ਨੇ ਇੰਡਸਟਰੀ ਦੀ ਪ੍ਰੋਬਲਮ ਡਿਸਕਸ ਕਰਨ ਲਈ ਸੱਦਿਆ ਸੀਗਾ। ਇਹਨਾਂ ਦੀ ਪ੍ਰੋਬਲਮ ਜਿਹੜੀ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਕੁਝ ਇਲੈਕਸ਼ਨ ਦਿੱਤੀਆਂ ਨੇ ਉਹਦੇ 'ਚ ਸਾਡੇ ਬਟਾਲੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਇਲੈਕਸ਼ਨ ਦਿੱਤੀ ਆ ਵੀ ਜਿਹੜੀ ਮਿਊਨਸਪਲ ਲਿਮਿਟ ਤੋਂ ਬਾਹਰ ਆ ਉਹ ਇੰਡਸਟਰੀ ਚੱਲੇਗੀ। ਸੋ ਇਹਨਾਂ ਦੀ ਪ੍ਰੋਬਲਮ ਇਹ ਆ ਵੀ 90% ਇੰਡਸਟਰੀ ਜਿਹੜੀ ਆ ਉਹ ਵਿਦਿਨ ਮਿਊਨਸਪਲ ਲਿਮਿਟ ਆ, ਜਿਹੜੀ ਫੋਕਲ ਪੁਆਇੰਟ 'ਤੇ ਇੰਡਸਟਰੀ ਆ ਬੜੀ ਘੱਟ। ਸੋ ਇਹਨਾਂ ਦੀ ਗੱਲ ਸੁਣੀ ਹੈ, ਸਾਡੇ ਸੈਕਟਰੀ ਇੰਡਸਟਰੀ ਵਿਨੀ ਜੀ ਨਾਲ ਵੀ ਗੱਲ ਕੀਤੀ ਹੈ, ਪਰ ਇਹ ਸਾਰਾ ਮਸਲਾ ਸੈਂਟਰ ਸਾਹਿਬ ਦੇ ਸੈਂਟਰ ਸਰਕਾਰ ਦੇ ਅਧੀਨ ਆਉਂਦਾ। ਸੋ ਇਹਨਾਂ ਦੀ ਮੰਗ ਕੈਪਟਨ ਸਾਹਿਬ ਦੇ ਰਾਹੀਂ ਸੈਂਟਰ ਸਰਕਾਰ ਨੂੰ ਪਹੁੰਚਾਈ ਜਾਵੇਗੀ ਅਤੇ ਕੈਪਟਨ ਸਾਹਿਬ ਕੋਸ਼ਿਸ਼ ਕਰਨਗੇ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿੰਨੀ ਤੱਕ ਇੰਡਸਟਰੀ ਨਹੀਂ ਚੱਲੇਗੀ ਇਕਾਨਮੀ ਲੀਹਾਂ 'ਤੇ ਨਹੀਂ ਆ ਸਕਦੀ। ਪਰ ਇਸ ਨਾਮਰਾਜ ਬਿਮਾਰੀ ਤੋਂ ਡਰਦਿਆਂ ਬੜਾ ਕੁਝ ਕਰਨਾ ਪੈਣਾ, ਦੇਖੋ ਕੀ ਹੁੰਦਾ, ਪਰ ਇਹਨਾਂ ਦੀ ਮੰਗ ਜਿਹੜੀ ਆ ਉਹ ਪਹੁੰਚਾਈ ਜਾਵੇਗੀ। ਸਰ ਇਹਨਾਂ ਨੇ ਇੱਕ ਪਹਿਲੇ ਵੀ ਮੰਗ ਰੱਖੀ ਸੀ, ਮੈਮੋਰੈਂਡਮ ਦੇ 10 ਵਿੱਚ ਇਹ ਗੱਲ ਕਹੀ ਸੀ ਕਿ ਜਿਹੜੀ ਲੇਬਰਰ ਉਹਨਾਂ ਨੂੰ ਇਹ ਸੈਲਰੀ ਨਹੀਂ ਦੇ ਸਕਦੇ। ਦੇਖੋ ਠੀਕ ਆ, ਲੈਲ ਸੈਲਰੀ ਨਹੀਂ ਦੇ ਸਕਦੇ, ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਬਹੁਤ ਵਾਜਬ ਨੇ, ਪਰ ਉਹਨਾਂ ਨੂੰ ਹੁਣ ਸਰਕਾਰ ਫੈਸਲਾ ਕਰੇਗੀ, ਉਹ 'ਚ ਗਵਰਨਮੈਂਟ ਆਫ ਇੰਡੀਆ ਵੀ ਗਵਰਨਮੈਂਟ ਆਫ ਪੰਜਾਬ ਵੀ ਰਲ ਕੇ ਕੋਈ ਫੈਸਲਾ ਕਰ ਸਕਦਾ। ਸਰ ਜਿਹੜਾ ਇੱਕ ਗੱਲ ਕਹੀ ਜਾ ਰਹੀ ਹੈ ਕਿ 3 ਮਈ ਨੂੰ ਲੋਕਡਾਊਨ ਖੁੱਲ੍ਹਣ ਦੀ ਗੱਲ ਰਹੀ ਹੈ ਜਾਂ ਰਿਲੈਕਸੇਸ਼ਨ ਦੇਣ ਦੀ ਗੱਲ ਹੈ ਗ੍ਰੀਨ ਜ਼ੋਨ ਦੇ ਵਿੱਚ, ਇਹ ਲੱਗ ਰਿਹਾ ਕੀ ਮਾਹੌਲ ਬਣ ਰਿਹਾ ਜਿੱਦਾਂ? ਜੀ ਇਹ ਦੇਖੋ ਫੈਸਲਾ ਗਵਰਨਮੈਂਟ ਆਫ ਇੰਡੀਆ ਨੇ ਪਹਿਲਾਂ ਕਰਨਾ, ਕਿਉਂਕਿ ਮੋਦੀ ਸਾਹਿਬ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੇਗੀ, ਗਵਰਨਮੈਂਟ ਆਫ ਇੰਡੀਆ ਦੇ ਫੈਸਲੇ ਨੂੰ ਦੇਖ ਕੇ ਫਿਰ ਸਟੇਟਾਂ ਫੈਸਲਾ ਕਰਨਗੀਆਂ। ਬਾਕੀ ਰਿਲੈਕਸੇਸ਼ਨ ਦੇਣੀ ਨਹੀਂ ਦੇਣੀ ਇਹ ਕੈਪਟਨ ਸਾਹਿਬ ਦਾ ਫੈਸਲਾ ਵਾ, ਜੋ ਕੈਪਟਨ ਸਾਹਿਬ ਕਰਨਗੇ ਅਗਲੇ ਫੈਸਲੇ ਵੀ ਉਹਨਾਂ ਬੜੇ ਸੋਹਣੇ ਕੀਤੇ ਨੇ, ਸਾਰਾ ਪੰਜਾਬ ਉਹਨਾਂ ਦੇ ਚੰਗੇ ਫੈਸਲਿਆਂ ਨੂੰ ਮਹਿਸੂਸ ਕਰਦਾ, ਹੁਣ ਹੀ ਕੈਪਟਨ ਸਾਹਿਬ ਜੋ ਕਰਨਗੇ ਠੀਕ ਕਰ। ਨੰਦੇੜ ਸਾਹਿਬ ਤੋਂ ਅਜੇ ਤਾਂ ਜੀ ਸਾਨੂੰ ਪਰਮਿਸ਼ਨ ਨਹੀਂ ਮਿਲੀ ਜੀ, ਉਹ ਕਹਿੰਦੇ 3 ਤਰੀਕ ਤੋਂ ਬਾਅਦ ਜਿਹੜੀਆਂ ਇਹ ਸੈਂਟਰ ਗੌਰਮੈਂਟ ਦੇ ਨੋਰਮਸ ਨੇ, ਸੈਂਟਰ ਅਤੇ ਗੌਰਮੈਂਟ ਦੇ ਨੋਰਮਸ ਦੇ ਮੁਤਾਬਕ ਜਿਹੜੇ ਆ ਉਹ ਫੋਕਲ ਪੁਆਇੰਟ ਦੇ ਇੰਡਸਟਰੀਅਲ ਏਰੀਆ 'ਚ ਲਾ ਲਓ, ਬਾਕੀ ਜਿਹੜੇ ਉਹ ਤੁਹਾਨੂੰ 3 ਤਰੀਕ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਚੱਲਣੀ ਹੈ ਕਿ ਨਹੀਂ ਚੱਲਣੀ। ਮੇਜਰ ਦੇਖੋ ਜੀ, ਮੇਜਰ ਜਿਹੜੀ ਇਹਨਾਂ ਨੇ ਫੋਕਲ ਪੁਆਇੰਟ ਦਾ ਇੰਡਸਟਰੀ ਏਰੀਆ ਕਹਿ ਰਹੇ ਨੇ, ਉੱਥੇ ਸਿਰਫ 10% ਇੰਡਸਟਰੀ ਆ ਫੋਕਲ ਪੁਆਇੰਟ ਇੰਡਸਟਰੀ ਏਰੀਆ, 90% ਇੰਡਸਟਰੀ ਜਿਹੜੀ ਉਹ ਇੱਦਾਂ ਜੀ ਜੋੜਦੇ ਆ, ਉਹ ਟਾਊਨ ਪਲੈਨਿੰਗ ਨਕਸ਼ੇ ਦੇ ਵਿੱਚ ਇਹਨਾਂ ਦੀ ਇੰਡਸਟਰੀ ਜਿਹੜੀ ਆ ਇੰਡਸਟਰੀ ਟਾਊਨ ਪਲੈਨਿੰਗ ਦੇ ਸਾਰਾ ਨਕਸ਼ਾ ਜਿਹੜਾ ਗਾਂਧੀ ਚੌਂਕ ਤੱਕ ਆ ਜਿਹੜਾ ਬਟਾਲਾ, ਔਰ ਬਹੁਤ ਪੁਰਾਣਾ ਹੈ ਸਾਡੇ ਵੀ। Subscribe to our YouTube channel News DNN by clicking the bell icon. Don't forget to like, comment and share.